ਸਾਡੀ ਅੱਜ ਕੁਝ ਮਸਲਿਆਂ ਤੇ ਮੀਟਿੰਗ ਡਿਸਾ ਬਣਾ ਹੋਈ ਹੈ ਜੀ। ਉਹ ਦੁੱਧ ਦਾ ਮਸਲਾ ਸੀ, ਉਹ ਸਾਡੇ ਮਤਲਬ ਕਿ ਕਿਸਾਨਾਂ ਦਾ ਮਸਲਾ ਮੰਡੀ ਦਾ ਸੀਗਾ, ਇਹਦੇ ਉੱਤੇ ਸਾਡੀ ਮੀਟਿੰਗ ਹੋਈ ਆ ਕਿ ਜਿਹੜੀ ਬੋਲੀ ਆ ਕਿਸਾਨਾਂ ਦੀ ਲੁੱਟ ਹੋ ਰਹੀ ਆ ਉਹਦੇ ਉੱਤੇ ਸਾਡੀ ਜਿਹੜੀ ਆ ਮੀਟਿੰਗ ਅੱਜ ਚੱਲੀ ਡਿਸਾ ਬਣਾ ਕਿ ਸਾਡੀ ਜਿਹੜੀ ਬੋਲੀ ਓਪਨ ਕਰਾਈ ਜਾਵੇ। ਡਿਸਾ ਕਹਿੰਦੇ ਵੀ ਤੁਸੀਂ ਓਪਨ ਬੋਲੀ ਹੋਊਗੀ ਜੀ, ਪਰ ਸਾਨੂੰ ਜਾਪਦਾ ਮਤਲਬ ਵਿਸ਼ਵਾਸ ਹੀ ਦਵਾਇਆ ਕੰਮ ਸਾਡਾ ਜਿਹੜਾ ਉੱਤੇ ਕੱਲ੍ਹ ਜਿਹੜੀ ਸਾਡੀ ਆ 3500-3600 ਰੁਪਏ ਰੇਟ ਲੱਗਾ ਵਾ, ਅੱਜ 2700-2250 ਉੱਥੇ ਫਿਰ ਸੁੱਟਤਾ ਜੀ। ਮਤਲਬ ਕਿ ਕਿਸਾਨਾਂ ਦਾ ਕੋਈ ਵੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਜੀ। ਬਿਲਕੁਲ ਜੇ ਕੋਈ ਪ੍ਰਸ਼ਾਸਨ ਕੋ ਆਈ ਤਾਂ ਪ੍ਰਸ਼ਾਸਨ ਨੂੰ ਵਿਸ਼ਵਾਸ ਦੇ ਦਿੰਦਾ ਵਾ, ਪਰ ਫਿਰ ਕੰਮ ਉੱਥੇ ਦਾ ਉੱਥੇ ਰਹਿੰਦਾ। ਨਹੀਂ ਬਿਲਕੁਲ ਜੀ, ਮਤਲਬ ਕਿ ਮੰਡੀ ਦੇ ਵਿੱਚ ਕੋਈ ਭਰੋਸੇਯੋਗ ਕੋਈ ਸਾਡੇ ਸਾਨੂੰ ਅਜੇ ਤੱਕ ਕਿਸਾਨਾਂ ਨੂੰ ਤਾਂ ਕੋਈ ਵੀ ਨਹੀਂ ਅਜੇ ਤੱਕ, ਨਾ ਟਰਾਲੀ ਲਾਉਣ ਨੂੰ ਜਗ੍ਹਾ ਉੱਥੇ ਹੈਗੀ ਜੀ। ਕਿਸਾਨਾਂ ਦਾ ਕੜਮਾਸ ਉੱਥੇ ਲਗਾਤਾਰ ਵੱਧ ਰਹੀ, ਕੋਈ 12 ਵਜੇ ਜਾਣ ਡਿਆ, ਕੋਈ ਦਿਨ 4 ਵਜੇ ਜਾਣ ਡਿਆ ਵਾ, ਅਤੇ ਲਗਾਤਾਰ ਜਾਮ ਲੱਗ ਰਹੇ ਆ। ਕੋਈ ਵੀ ਸਹੂਲਤ ਮੰਡੀ ਦੇ ਵਿੱਚ ਨਹੀਂ, ਮੈਂ ਤਾਂ ਮੰਨਦਾ ਨਹੀਂ, ਨਾ ਕੋਈ ਸਾਨੂੰ ਜੇ ਫਾਰਮ ਮਿਲ ਰਿਹਾ ਉੱਥੇ, ਉਹ ਆੜਤੀ ਸਾਨੂੰ ਗਾਂਹ ਦੇ ਕਰੀ ਜਾਣ ਡੇ, ਮਤਲਬ ਇੱਥੋਂ ਮਿਲੂ ਉੱਥੋਂ ਮਿਲੂ, ਤੁਹਾਨੂੰ ਦਿੰਦੇ ਹਾਂ ਜੀ। ਇਸ ਤਰ੍ਹਾਂ ਕਰਕੇ ਜਿਹੜਾ ਸੀਜ਼ਨ ਹੈ ਉਹ ਪਾਰ ਹੋ ਜਾਂਦਾ ਵਾ। ਅਜੇ ਤੱਕ ਕਿਸੇ ਨੂੰ ਮਤਲਬ ਕਿ ਇਹ ਨਹੀਂ ਮਿਲੇ, ਜੇ ਫਾਰਮ ਨਹੀਂ ਮਿਲੇ। ਸਾਨੂੰ ਇਹ ਸਾਡੀ ਡਿਮਾਂਡ ਆ ਕਿ ਜਿਹੜੀ ਬੋਲੀ ਓਪਨ ਹੋਵੇ, ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਉਹ ਲੁੱਟ ਬੰਦ ਹੋਵੇ, ਅਤੇ ਜਿੰਨਾ ਵੀ ਰੇਟ ਆ ਉਹ ਕਿਸਾਨ ਦਾ ਪੂਰਾ ਉਹਨੂੰ ਆਪਣੀ ਮੁੱਲ ਮਿਲਵੇ ਮਿਲ ਜਾਵੇ। ਮੈਂ ਪਲਵਿੰਦਰ ਸਿੰਘ ਮਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਤੋਂ। ਅੱਜ ਸਾਂਝੀ ਮੀਟਿੰਗ ਹੋਈ ਹੈ ਤਿੰਨਾਂ ਜਥੇਬੰਦੀਆਂ ਦੀ, ਉਹਦੇ ਵਿੱਚ ਜਨਤਕ ਜਿਹੜੀਆਂ ਮੰਗਾਂ ਵਾ ਉਹ ਰੱਖੀਆਂ ਗਈਆਂ, ਜਿਹੜੀਆਂ ਕਿਸਾਨਾਂ ਨੂੰ ਮੰਡੀਆਂ ਦੀ ਸਮੱਸਿਆ ਆ ਰਹੀਆਂ ਉਹਦੇ ਬਾਰੇ DC ਸਾਹਿਬ ਨੂੰ ਜਾਗਰੂਕ ਕਰਵਾਇਆ ਗਿਆ। ਦੂਜੇ ਨੰਬਰ 'ਤੇ ਜਿਹੜਾ ਨਕਲੀ ਦੁੱਧ ਭਰ ਰਿਹਾ, ਬੜੇ ਜ਼ੋਰ ਨਾਲ ਅੰਮ੍ਰਿਤਸਰ ਦੇ ਵਿੱਚ ਫੈਕਟਰੀਆਂ ਲੱਗੀਆਂ, ਉਹਨਾਂ ਬਾਰੇ ਜਾਣੂ ਕਰਵਾਇਆ ਗਿਆ ਵੀ ਜਿਹੜਾ ਨਕਲੀ ਦੁੱਧ ਆ ਉਹਨੂੰ ਮਤਲਬ ਠੱਲ ਪਾਈ ਜਾਵੇ, ਉਹਨਾਂ ਬੰਦਿਆਂ ਦੇ ਪਰਚੇ ਦਰਜ ਕੀਤੇ ਜਾਣ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। ਦੂਜੇ ਨੰਬਰ 'ਤੇ ਜਿਹੜਾ ਸਹਾਇਕ ਧੰਦਾ ਉਹ ਖਤਮ ਹੋ ਰਿਹਾ, ਦੁੱਧ ਦਾ ਪੂਰਾ ਰੇਟ ਨਹੀਂ ਮਿਲਦਾ ਪਿਆ। ਤੀਜੇ ਨੰਬਰ 'ਤੇ ਸਰਕਾਰ ਨੂੰ ਇਹਦੇ ਜਿਹੜੇ ਪੈਂਡਿੰਗ ਕੰਮ ਆ ਸਰਕਾਰ ਮੰਨ ਚੁੱਕੀ ਆ, ਉਹ ਸਰਕਾਰ ਅੱਜ ਤੱਕ ਜਿਹੜੀ ਲਾਗੂ ਨਹੀਂ ਕੀਤੇ। ਉਹਨਾਂ ਨੇ ਵਿਸ਼ਵਾਸਨ ਦਿੱਤਾ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਪ੍ਰਬੰਧ ਜਿਹੜੇ ਠੀਕ ਕੀਤੇ ਜਾਣਗੇ ਜੇ ਕਿਤੇ ਫਰਕ ਰਹਿੰਦੇ ਆ ਤੇ। ਪਰ ਸਾਡਾ ਇਹ ਮੰਨਣਾ ਵਾ ਜਿੰਨਾ ਚਿਰ ਲੋਕ ਸੰਘਰਸ਼ਾਂ ਦੇ ਮੈਦਾਨ 'ਚ ਨਾ ਆਏ, ਸੰਘਰਸ਼ ਕਰਨਾ ਉਤਰੇ, ਇਹ ਜਿਹੜੀਆਂ ਸਰਕਾਰਾਂ ਜਾਂ ਅਫਸਰ ਹੈ ਨਹੀਂ ਜਾਗਦੇ ਹੁੰਦੇ। ਸਾਡਾ ਨੈਸ਼ਨਲ ਹਾਈਵੇ ਦਾ ਮੁੱਦਾ ਹਜੇ ਤੱਕ ਮੇਰੇ ਸਾਹ ਲਗਭਗ 2 ਸਾਲ ਤੋਂ ਜਥੇਬੰਦੀ ਲੜ ਰਹੀ ਆ, ਹਜੇ ਤੱਕ ਆਉਂਦਾ ਉਹੀ ਆ। ਜਦੋਂ ਲੋਕ ਸੜਕਾਂ 'ਤੇ ਆ ਜਾਣਗੇ ਜਾਂ ਰੇਲਾਂ ਦੀਆਂ ਪਟੜੀਆਂ 'ਤੇ ਬਹਿ ਜਾਣਗੇ ਤੇ ਫਿਰ ਇਹ ਮਤਲਬ ਪ੍ਰਪੋਗੰਡਾ ਸਰਕਾਰ ਜਾਂ ਅਫਸਰ ਕਰਦੇ ਆ ਵੀ ਇਹ ਲੋਕ ਚੱਕਾ ਜਾਮ ਕਰ ਦਿੰਦੇ ਆ ਜਾਂ ਰੇਲਾਂ ਜਾਮ ਕਰ ਦਿੰਦੇ ਆ। ਜਦੋਂ ਇੱਥੇ ਮੀਟਿੰਗਾਂ 'ਚ ਆਉਂਦੇ ਆ ਤਾਂ ਕੋਈ ਹੱਲ ਨਹੀਂ ਨਿਕਲਦਾ। ਜੇ ਇੰਨੇ ਸੁਜੀਦ ਹੋਣ ਲੋਕਾਂ ਦੇ ਮਸਲੇ ਨੂੰ ਵੀ ਲੋਕ ਤੰਗ ਨਾ ਹੋਣ, ਆ ਮੀਟਿੰਗਾਂ 'ਚ ਹੱਲ ਕੱਢਿਆ ਕਰਨ, ਨਾ ਕਿਸਾਨ ਤੰਗ ਹੋਣ ਅਤੇ ਨਾ ਆਮ ਪਬਲਿਕ ਤੰਗ ਹੋਵੇ। ਉਹ ਸਰਕਾਰ ਦਾ ਕਹਿਣਾ ਨਾ, ਸਰਕਾਰ ਆਪਣੇ ਉੱਥੋਂ ਹੀ AC ਵਾਲੇ ਕਮਰੇ ਚੰਡੀਗੜ੍ਹੋਂ ਬਿਆਨਬਾਜ਼ੀ ਕਰਦੀ ਹੈ। ਜੇ ਤੁਸੀਂ ਜ਼ਮੀਨੀ ਤੌਰ 'ਤੇ ਮੰਡੀਆਂ 'ਚ ਲੋਕੇਸ਼ਨ 'ਤੇ ਜਾ ਕੇ ਵੇਖੋ ਉੱਥੇ ਕਿਸਾਨਾਂ ਨੂੰ ਕਿੰਨੀ ਸਮੱਸਿਆ ਰਹੀ। ਕੱਲ੍ਹ ਜਿਹੜੀ ਹੁਣ ਬਰਸਾਤ ਮੌਸਮ ਬਰਸਾਤ ਹੋਈ ਆ ਅਤੇ ਤਰਪਾਲਾਂ ਨਹੀਂ ਪੂਰੀਆਂ ਹੋਈਆਂ ਮੰਡੀਆਂ 'ਚ, ਨਾ ਇਹਨਾਂ ਕੋਲ ਪੂਰੇ ਸ਼ੈੱਡ ਆ, ਵੇਖੋ ਕਿਸਾਨ ਕਿੱਦਾਂ ਰੋ ਰਹੇ। ਇਸ ਕਰਕੇ ਜਾਗਰੂਕ ਕਰਾਉਣ ਕਹਿੰਦੇ DC ਅੰਮ੍ਰਿਤਸਰ ਨਾਲ ਮੀਟਿੰਗ ਕਰਵਾਈ। ਕਿਸਾਨ ਦਾ ਕੋਈ ਮੰਸ਼ਾ ਨਹੀਂ ਆ, ਕਿਸਾਨ ਦਾ ਪਰਿਵਾਰ ਵੀ ਇੱਥੇ ਰਹਿੰਦਾ, ਕਿਸਾਨ ਦਾ ਹੀ ਸਾਰੇ ਪਰਿਵਾਰ ਆ ਪੰਜਾਬ। ਇਹਦਾ ਬਦਲਵਾਂ ਹੱਲ ਤਾਂ ਦੇ ਦੇਣ, ਇਹ ਡਾਂਗ ਦੇ ਯੋਰਨਾ ਬੰਦ ਕਰਵਾਉਣਾ ਚਾਹੁੰਦੇ ਉਹਦਾ ਮਾਜਵਾ ਤਾਂ ਦੇ ਦੇਣ। ਸਿਰਫ 6% ਧੂੰਆਂ ਪੰਜਾਬ 'ਚ ਪਰਾਲੀ ਨਾਲ ਹੁੰਦਾ ਵਾ, 94% ਫੈਕਟਰੀਆਂ ਨਾਲ ਹੁੰਦਾ ਵਾ। ਉਹ 94% ਵਾਲੀ ਗੱਲ ਨਹੀਂ ਕਰਨਗੇ, ਕਿਉਂ? ਉਹਨਾਂ ਦੇ ਬੰਦੇ ਆ, ਕਰਾੜਵੇੜ ਘਰਾਣਿਆਂ ਦੇ ਬੰਦੇ ਆ। ਸਾਡੇ 6% ਵਾਲੇ ਇਹਨੂੰ ਉਲਝਾਣਗੇ ਵੀ ਕਿਸਾਨ ਜਿਹੜੇ ਪਰਾਲੀ ਸਨ, ਇਹਦਾ ਬਦਲਵਾਂ ਹੱਲ ਦੇਣ। ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਆਪਣੀਆਂ ਜ਼ਮੀਨਾਂ ਨੂੰ ਖੋਖਲਿਆ ਕਰੀਏ, ਵਾਤਾਵਰਨ ਗੰਦਾ ਹੋਵੇ, ਪਰ ਇਹਦਾ ਹੱਲ ਤਾਂ ਦੱਸਣ। ਇਹਦਾ ਮਾਜਵਾ ਤਾਂ ਦੇਵੇ, ਜਿਹੜੀ ਸੈਂਟਰ ਸਰਕਾਰ ਮੰਨੀ ਹੈ ਜਾਂ ਪੰਜਾਬ ਸਰਕਾਰ ਮੰਨੀ, ਇਹਦਾ ਹੱਲ ਕੱਢ ਦੇਣ। ਕੋਈ ਵੀ ਕਿਸਾਨ ਪਰਾਲੀ ਲਾਉਣ ਨੂੰ ਅੱਗ ਲਾਉਣ ਨੂੰ ਤਿਆਰ ਨਹੀਂ, ਪਰ ਮਜਬੂਰੀ 'ਚ ਲਾ ਰਿਹਾ ਅਤੇ ਜੇ ਮਜਬੂਰੀ 'ਚ ਧੱਕੇ ਸ਼ਾਹੀ 'ਚ ਸਰਕਾਰ ਪਰਚੇ ਪਾਉਣ, ਇਹਦਾ ਇਸ ਗੱਲ ਦਾ ਵਿਰੋਧ ਕਰਦੇ ਹਾਂ, ਕਿਸੇ 'ਤੇ ਪਰਚਾ ਨਹੀਂ ਹੋਣ ਦੇਵਾਂਗੇ। ਮੈਂ ਤੁਹਾਡੀ ਪਹਿਲਾਂ ਹੀ ਗੱਲ ਸਾਫ਼ ਕਰ ਚੁੱਕਾ ਵੀ ਜਿਹੜਾ ਕਿਸਾਨ ਆ ਉਹਦਾ ਪਰਿਵਾਰ ਵੀ ਉੱਥੇ ਰਹਿੰਦਾ, ਉਹ ਸੁਸਾਇਟੀ 'ਚ ਰਹਿੰਦਾ, ਸਾਰੇ ਕਿਸਾਨ ਹੀ ਆ, ਸਾਰੇ ਕਿਸਾਨ ਦਾ ਪਰਿਵਾਰ ਹੀ ਆ। ਉਹ ਜਿਹੜਾ ਥੋੜ੍ਹੀ ਜਿਹੀ ਨਿਮਰਤਾ ਉਹ ਰੱਖੀ ਜਾਵੇ, ਇਸ ਗੱਲ ਨਹੀਂ ਵੀ ਜਿਹੜੀ ਸੜਕ ਦੇ ਲਾਗੇ ਖੇਤ ਨੂੰ ਉੱਥੇ ਅੱਗ ਲਾਉਣ ਤੋਂ ਪਹਿਲਾਂ ਟਰੈਕਟਰ ਦੇ ਫੇਰੇ ਮਾਰੇ ਜਾਣ, ਪਰ ਕਿਸਾਨ ਨਹੀਂ ਚਾਹੁੰਦਾ ਵੀ ਅੱਗ ਲਾਈ ਜਾਵੇ, ਪਰ ਸਰਕਾਰਾਂ ਲਵਾਉਂਦੀਆਂ, ਇਹਦਾ ਬੋਨਸ ਦੇਣ।
ਜਥੇਬੰਦੀਆਂ ਦਾ ਪਹੁੰਚ ਮੰਗਦੀਆਂ ਜਿਹੜਾ ਉਹਦੇ ਉਹ ਪਰਾਲੀ ਨੂੰ ਸੰਭਾਲ ਸਕੇ ਅਤੇ ਜਿਹੜਾ ਆਪਦੀ ਕਣਕ ਬੀਜ ਸਕੇ। ਪਰ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਵੀ ਕਿਸਾਨ ਸਭ ਕੁਝ ਕਰ ਰਿਹਾ, ਜਿਹੜੇ 96% ਕਰ ਰਹੇ ਉਹਨਾਂ ਵੱਲ ਕੋਈ ਉਂਗਲ ਨਹੀਂ ਉੱਠ ਰਹੀ। ਡਾਂਗ ਦੇ ਜ਼ੋਰ ਨਾਲ ਬੰਦ ਕਰਾਉਣਾ ਚਾਹੁੰਦੇ ਆ ਨਾ, ਇਹਦਾ ਵਿਰੋਧ ਕਰਦੇ ਆ। ਜੇ ਸਰਕਾਰ ਐਂ ਧੱਕੇ ਨਾ ਆਊਗੀ ਤੇ ਕਿਸਾਨ ਜਥੇਬੰਦੀਆਂ ਖੜੀਆਂ ਧੱਕਾਸ਼ਾਹੀ ਨਹੀਂ ਚੱਲਣ ਦੇਵਾਂਗੇ। ਹਾਂ, ਗੱਲਬਾਤ ਨਾਲ ਗੱਲ ਨਿਬੇੜ ਲਓ, ਉਹ ਵੱਖਰੀ ਗੱਲ ਹੈ ਜੀ।